ਇੱਕਦਮ ਜਦੋਂ ਇਸ ਤਰ੍ਹਾਂ ਦਾ ਸ਼ਬਦ ਆਉਂਦਾ ਗੈਂਗਸਟਰ ਜੁੜ ਜਾਂਦਾ ਉਹਨਾਂ ਦੇ ਨਾਂ ਨਾਲ ਆ ਕੇ ਇੱਕ ਮਾਂ ਨੂੰ ਕਿਵੇਂ ਲੱਗਦਾ ਗਾ? ਮਾਂ ਨੂੰ ਬਹੁਤ ਦੁੱਖ ਲੱਗਦਾ। ਮੇਰਾ ਭਰਾ ਜਸਵਿੰਦਰ ਸਿੰਘ ਰੌਕੀ ਕੋਈ ਗੈਂਗਸਟਰ ਨਹੀਂ ਸੀਗਾ। ਸਾਡੇ ਕੋਲੋਂ ਘਰੋਂ ਪੈਸੇ ਲੈ ਕੇ ਜਾਂਦਾ ਸੀ ਔਰ ਡਿੰਪੀ ਨਾਲ ਰਹਿੰਦਾ ਸੀ। ਜਿਵੇਂ ਡਿੰਪੀ ਦਾ ਕਤਲ ਹੋਇਆ ਸੀਗਾ ਉਹਦਾ ਬਦਲਾ ਵੀ ਲਿਆ ਹੋ ਸਕਦਾ। ਡਿੰਪੀ ਦੇ ਜਿਸ ਟਾਈਮ 'ਤੇ ਗੋਲੀ ਲੱਗਦੀ ਹੈ ਰੌਕੀ ਮੇਰੇ ਕੋਲ ਬੈਠਾ ਸੀ। ਜੇ ਉਹ ਗੁਨੇਗਾਰ ਸੀ ਇਸ ਕੇਸ 'ਚ ਤਾਂ ਫਿਰ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਹੋਈ? ਦੁਸ਼ਮਣੀ ਬਾਰੇ ਵੀ ਮੈਂ ਕੁਛ ਕਹਿ ਨਹੀਂ ਸਕਦੀ ਕਿ ਹੁਣ ਉਹਦਾ ਦੁਸ਼ਮਣ ਅਸਲ ਵਿੱਚ ਕੌਣ ਸੀ। ਬਈ ਰੌਕੀ ਜਿੰਨਾ ਚਿਰ ਜਿਉਂਦੇ ਸੀ ਨਹੀਂ ਉਹ ਇੱਥੋਂ ਦੀ ਲੋਕ ਅਦਾਲਤ ਸੀ ਫਾਜ਼ਿਲਕਾ ਦੀ। ਅਸੀਂ ਤੁਹਾਨੂੰ ਪੰਜਾਬ ਦਾ ਉਹ ਸੱਚ ਦਿਖਾਉਣ ਜਾ ਰਹੇ ਹਾਂ ਜਿਸ ਨਾਲ ਪੰਜਾਬ ਦਾ ਅਕਸ ਵਿਗੜਦਾ ਹੈ। ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤਾਂ ਇਹ ਸੱਚ ਨੂੰ ਸੁਣਨਾ ਪਵੇਗਾ, ਦੇਖਣਾ ਵੀ ਪਵੇਗਾ। ਫੈਸਲਾ ਤੁਸੀਂ ਕਰਨਾ ਪੰਜਾਬ ਦੀ ਜਵਾਨੀ ਨੂੰ ਜ਼ੁਰਮ ਦੀ ਇਸ ਦਲਦਲ 'ਚੋਂ ਬਾਹਰ ਕੱਢਣ ਦਾ। ਜਿਸ ਜਾਣ ਦੇ ਰਾਹ ਤਾਂ ਖੁੱਲ੍ਹੇ ਨੇ ਪਰ ਬਾਹਰ ਆਉਣ ਦੀ ਆਸ ਮੌਤ 'ਤੇ ਮੁੱਕਦੀ ਹੈ। ਸਾਡੀ ਇਹ ਕੋਸ਼ਿਸ਼ ਪੰਜਾਬ ਦੀ ਅਗਲੀ ਪੀੜ੍ਹੀ ਨੂੰ ਜ਼ੁਰਮ ਦੀ ਦੁਨੀਆ 'ਚੋਂ ਬਾਹਰ ਕੱਢਣ ਦੀ ਹੈ। ਹੁੰਗਾਰਾ ਤੁਸੀਂ ਭਰਨਾ ਹੈ। ਭਰੀ ਜਵਾਨੀ 'ਚ ਉਹ ਬੰਦੂਕਾਂ ਤੇ ਗੋਲੀਆਂ ਨਾਲ ਖੇਡਦਾ ਰਿਹਾ ਪਰ ਜਦੋਂ ਗੋਲੀ ਨੇ ਮੌਤ ਬਣ ਕੇ ਆਪਣਾ ਰਾਹ ਰੋਕਿਆ ਤਾਂ ਬੰਦੂਕ ਕੱਢਣ ਦਾ ਵੀ ਵੇਲਾ ਨਾ ਮਿਲਿਆ। ਦੁਸ਼ਮਣੀ ਬਾਰੇ ਵੀ ਮੈਂ ਕੁਛ ਕਹਿ ਨਹੀਂ ਸਕਦੀ ਕਿ ਹੁਣ ਉਹਦਾ ਦੁਸ਼ਮਣ ਅਸਲ ਵਿੱਚ ਕੌਣ ਸੀ। ਪੁਲਿਸ ਦੀ ਸੁਰੱਖਿਆ 'ਚ ਹਥਿਆਰ ਨਾਲ ਹੁੰਦਿਆਂ ਵੀ ਉਹ ਮਾਰਿਆ ਗਿਆ। ਸਿਕਿਉਰਿਟੀ ਤੋਂ ਬਿਨਾਂ ਬਹੁਤ ਵਾਰ ਹੀ ਇਕੱਲਾ ਜਾਂਦਾ ਹੁੰਦਾ ਸੀ, ਕਿਸੇ ਨਾ ਕਿਸੇ ਲੜਕੇ ਦੇ ਨਾਲ ਚਲਾ ਜਾਂਦਾ ਔਰ ਮੈਨੂੰ ਇਕੱਲੀ ਨੂੰ ਹੀ ਪਤਾ ਹੁੰਦਾ ਸੀ ਕਿ ਮੇਰਾ ਬੇਟਾ ਕਿੱਥੇ ਗਿਆ ਔਰ ਨਾਲ ਕੋਈ ਲੜਕਾ ਜਿਹੜਾ ਜਾਂਦਾ ਸੀ। ਉਦੋਂ ਉਹਨੂੰ ਇਕੱਲੇ ਨੂੰ ਕੁਛ ਨਾ ਹੋਇਆ ਔਰ ਜੇ ਹੁਣ ਜਿਹੜੇ ਆਦਮੀ ਨਾਲ ਆ ਉਹਨਾਂ ਦੇ ਨਾਲ ਹੁੰਦਿਆਂ ਹੋ ਗਿਆ ਤਾਂ ਉਹਨਾਂ ਆਦਮੀਆਂ ਦੇ ਵਿੱਚ ਹੀ ਕੋਈ ਭੇਦ ਦੇਣ ਵਾਲਾ ਹੈ। ਗੈਂਗਸ ਆਫ ਪੰਜਾਬ 'ਚ ਅੱਜ ਵਾਰੀ ਉਸ ਗੈਂਗਸਟਰ ਦੀ ਜਿਸਨੇ ਜੁਰਮ ਦੀ ਦੁਨੀਆ 'ਚ ਖੜ ਕੇ ਸਿਆਸਤ ਦੀ ਪੌੜੀ ਚੜ੍ਹੀ ਤਾਂ ਜ਼ਰੂਰ ਪਰ ਮੁਕਾਮ ਹਾਸਲ ਹੋਣ ਤੋਂ ਪਹਿਲਾਂ ਜ਼ਿੰਦਗੀ ਦੇ ਸਾਹ ਉਹਨਾਂ ਯਾਰਾਂ ਬੇਲੀਆਂ ਨਹੀਂ ਮੁਕਾ ਦਿੱਤੇ ਜਿਹੜੇ ਇੱਕ ਥਾਲੀ 'ਚ ਖਾਂਦੇ ਸੀ। ਉਹਦੇ ਵਿੱਚ ਇਹ ਕਮੀ ਸੀ ਕਿ ਉਹ ਹਰ ਆਦਮੀ 'ਤੇ ਵਿਸ਼ਵਾਸ ਕਰ ਲੈਂਦਾ ਸੀ, ਜੋ ਕਿ ਉਹਦੇ ਨਾਲ ਮਿੱਠਾ ਬੋਲਦਾ ਸੀ ਨਾ ਉਹਦੇ 'ਤੇ ਵਿਸ਼ਵਾਸ ਕਰ ਲੈਂਦਾ ਸੀ। ਮੈਂ ਉਹਨੂੰ ਕਈ ਵਾਰ ਕਹਿੰਦੀ ਹੁੰਦੀ ਸੀ ਕਿ ਰੌਕੀ ਹਰ ਆਦਮੀ 'ਤੇ ਵਿਸ਼ਵਾਸ ਨਹੀਂ ਕਰੀਦਾ। ਜਦੋਂ ਸਾਲਾ ਕੰਮ ਹੁੰਦਾ ਉਦੋਂ ਫੋਨ 'ਤੇ ਫੋਨ, ਇਹ ਨਹੀਂ ਕੰਮ ਕਰਦਾ ਆਪਣਾ। ਆਪਣੇ 'ਚ ਕਿਸੇ ਨੂੰ MLA ਬਣਨਾ ਪਊ। ਜੋ ਹੁਣ ਹੋਣੀ ਉਹਦੇ ਨਾਲ ਘਟਨਾ ਹੋਈ ਹੈ ਇਹਦੇ ਵਿੱਚ ਕਿਸੇ ਵੀ ਉਹਦੇ ਸੱਜਣ ਮਿੱਤਰ ਦਾ ਹੱਥ ਹੈ ਪੱਕਾ ਹੀ ਔਰ ਉਸ ਤੋਂ ਬਿਨਾਂ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੋਈ ਕਿੱਥੇ ਪੈੜਾ ਰੱਖ ਰਿਹਾ, ਕਿੱਥੇ ਜਾ ਰਿਹਾ ਹੈ। ਜਸਵਿੰਦਰ ਸਿੰਘ ਰੌਕੀ ਪੰਜਾਬ ਦਾ ਪੁਰਾਣਾ ਗੈਂਗਸਟਰ, ਸਾਰੇ ਪਾਸੇ ਗੱਲ ਫੈਲੀ ਹੋਈ ਹੈ ਗੈਂਗਸਟਰ ਫਲਾਨਾ ਤਿਉਂਕਾ, ਲੋਕ ਦੁਨੀਆ ਕੀ ਕੁਛ ਕਹੀ ਜਾਂਦੀ ਹੈ। ਮੈਂ ਇਸ ਚੀਜ਼ ਨੂੰ ਕਲੈਰੀਫਾਈ ਕਰਨਾ ਚਾਹੁੰਦਾ ਵੀ ਮੇਰਾ ਭਰਾ ਜਸਵਿੰਦਰ ਸਿੰਘ ਰੌਕੀ ਕੋਈ ਗੈਂਗਸਟਰ ਨਹੀਂ ਸੀਗਾ, ਕੋਈ ਇਹੋ ਜਿਹੀ ਗੱਲ ਨਹੀਂ ਸੀਗੀ ਜੀ। ਉਹ ਬਹੁਤ ਹੀ, ਤੁਸੀਂ ਇਸ ਫਾਜ਼ਿਲਕਾ ਏਰੀਏ ਦੇ ਵਿੱਚ ਆ ਕੇ ਪੁੱਛੋ ਵੀ ਉਹ ਕਿਸ ਟਾਈਪ ਦਾ ਇਨਸਾਨ ਸੀ, ਇੱਥੋਂ ਦੇ 50-50 ਕਿਲੋਮੀਟਰ ਦੇ ਚਾਰੇ ਪਾਸੇ ਰੇਡੀਅਸ 'ਚ ਜਾ ਕੇ ਕਿਤੇ ਵੀ ਪੁੱਛੋ ਵੀ ਉਹ ਕਿਸ ਤਰ੍ਹਾਂ ਦੇ ਇਨਸਾਨ ਸੀ। ਆਪਾਂ ਬਾਹਰ ਬੈਠੇ ਦੁਨੀਆ 'ਚ ਬੈਠੇ ਕਿਤੇ ਹੋਰ ਚੰਡੀਗੜ੍ਹ ਬੈਠੇ ਬਾਹਰ ਬੈਠੇ ਕੋਈ ਰਾਏ ਬਣਾ ਲੈਂਦੇ ਹਾਂ ਅਖਬਾਰ 'ਚ ਪੜ੍ਹ ਕੇ ਜਾਂ ਕਿਤੋਂ ਹੋਰ ਬਣਾ ਲੈਂਦੇ ਹੈਗੇ ਹਾਂ, ਉਹ ਰਾਏ ਸੱਚ ਨਹੀਂ ਹੁੰਦੀ ਜੀ ਜਿੰਨਾ ਚਿਰ ਆਪਾਂ ਅਸਲੀਅਤ ਨਹੀਂ ਜਾਣਦੇ। ਫਾਜ਼ਿਲਕਾ ਦਾ ਜ਼ਿਮੀਦਾਰ ਅਤੇ ਖੂਨ ਖਰਾਬੇ ਦੀ ਜ਼ਿੰਦਗੀ ਤੋਂ ਨਿਕਲ ਕੇ ਖੱਦਰ ਵਾਲਿਆਂ ਦੀ ਜਮਾਤ 'ਚ ਜਾਣ ਲਈ ਕਾਲਾ ਸੀ। ਨਾ ਹੁਣ ਦੱਸੋ ਕੀ ਤਕਲੀਫ ਹੈ ਤੈਨੂੰ? ਤਕਲੀਫ ਤਾਂ ਤੈਨੂੰ ਲੱਗਦੀ ਹੈ ਜਿਹੜੀ ਉਹ ਫੌਜ ਲਈ ਫਿਰਦਾ ਨਾਲ। ਜ਼ਿਆਦਾ ਹੀ ਹਵਾ ਖਰਾਬ ਹੋਈ ਲੱਗਦੀ ਹੈ ਤੇਰੀ, ਬਹੁਤ ਘੈਂਟ ਸਮਝਦਾ ਆਪਣੇ ਆਪ ਨੂੰ। ਮੈਂ ਤਾਂ ਕਹਾਣੀ ਖਤਮ ਕਰਦਾ ਹੁੰਦਾ, ਸ਼ੁਰੂ ਕੋਈ ਵੀ ਕਰੇ, ਨਵੀਂ ਕਹਾਣੀ ਨਵਾਂ ਜੀ ਐਂਡ। ਇੱਕਦਮ ਜਦੋਂ ਇਸ ਤਰ੍ਹਾਂ ਦਾ ਸ਼ਬਦ ਆਉਂਦਾ ਗੈਂਗਸਟਰ ਜੁੜ ਜਾਂਦਾ ਉਹਨਾਂ ਦੇ ਨਾਂ ਨਾਲ ਆ ਕੇ ਇੱਕ ਮਾਂ ਨੂੰ ਕਿਵੇਂ ਲੱਗਦਾ ਗਾ? ਮਾਂ ਨੂੰ ਬਹੁਤ ਦੁੱਖ ਲੱਗਦਾ, ਮਾਂ ਨੂੰ ਹੁਣ ਬਹੁਤ ਜ਼ਿਆਦਾ ਦੁੱਖ ਲੱਗਦਾ ਕਿ ਉਹ ਸਾਰੀਆਂ ਪੁਰਾਣੀਆਂ ਗੱਲਾਂ ਜੋੜੀ ਜਾਂਦੇ ਆ ਔਰ ਮਾਂ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਲੱਗਦਾ।
और पुलिस आपके नाल कुछ भी नहीं जोड़ती कि किसी की जवान की मौत हो जाए तो उन्हों तो कोई दुश्मन नहीं लभ्या जाता, कोई उन्हों तो भेद देने वाला आदमी नहीं लभ्या जाता। और गैंगस्टर तो वो जोड़ लेंगे आपके नाल, वो कुछ भी नहीं जोड़ते कि असी किन्ने क ठग हैं या किन्ना क पैसा खाने हैं। रॉकी फाजिलका तो 2017 की विधानसभा चोन लड़ना चाहता सी, किस पार्टी के टिकट से चोन लड़नी है यह फैसला होना बाकी सी। जे पुलिस के बस की गल होती सुरजीत ज्याणी मसा जीते सी। पंजाब सरकार दे कैबिनेट मंत्री ज्याणी, जे किसी एक आम बंदे दी पॉपुलैरिटी वधूगी, वो कम करता है तो उसकी पॉपुलैरिटी वधूगी, लोग उसे पसंद करेंगे, तो वो बट ऑबवियस गल हैगी है भी लीडर या कोई भी होर बंदा वो तो जेलस फैक्टर आ ही जाता है जी भी इन्ने लोग ये क्यों जुड़ रहे हैं। रॉकी की इस बार भी तैयारी पूरी सी, पंजाब के एक वड्डे लीडर के नेड़े हो गया सी रॉकी। भाई बस थोड़ी वोटा फर्क रह गया, वो कोई ना भाई अगली बार सही। रॉकी की जगह तुहाडे परिवार चो कोई उम्मीदवार हो जां तुहाडे परिवार की कोशिश हो कि उस तरह का उम्मीदवार आवे? उहदे च उम्मीदवार मेरी बेटी बन रही है, मेरी बेटी बन रही है, रॉकी तो वड्डी है, उन्हें मैरिज नहीं करवाई, पाठ पूजा करती है और इंसाफ भी करूंगी। उसके दुश्मनों नूं इह लगण लग पिया कि जे रॉकी चोण जीत के MLA बन गया तो उस तो बदला लेना औखा होगा। MLA साहब ने उसनूं सिर ते चढ़ाया होया है, हम देखियो जो बराबर खड़ा हो गया। जे मैं जड़ लौनी जानदा तो पटनी भी जानदा। बई रॉकी जिन्ना चिर जिउंदे सी ना जी, वह इत्थों दी लोक अदालत सी फाजिलका दी, ठीक है जी, वह इत्थों दे विगड़े जिहड़े रिश्ते है वो निबड़ाउंदे सी, जिहड़े आपस च जमीना दे लोकां दे भरावां दे झगड़े हुंदे है वह निपटाउंदे सीगे, कोई किसी की नजायज़ जमीन नहीं नपदा सी, कोई किसी की वट नहीं वाहुंदा सी। फाजिलका दे मोहिंदर सिंह दा वड्डा मुंडा रॉकी 80-90 एकड़ जमीन दा मालक सी। जवान हुंदिया ही रॉकी माड़ी संगत च पै गया, घरों पैसे लेके जांदा सी उस टाइम ते भी साडे कोलों, और डिंपी नाल रहिंदा सी ज़्यादातर, वो पहला सब तो शुरू तो डिंपी नाल रलिया सी, और साडे कोलों घरों पैसे लेके जांदा सी, और सानू ये लगदा हुंदा सी कि शायद वैसे बच्चों नू घूमण फिरन की आदत है, सानू इहदे कम्मां बारे कोई कुछ भी पता नहीं सी। चंगा मैं चलदा। ਜਦੋਂ ਸਾਡੇ ਘਰ CBI ਦਾ ਰੇਡ ਹੋਇਆ ਉਸ ਟਾਈਮ 'ਤੇ ਵੀ CBI ਨੇ ਆਪਦੇ ਅਫਸਰ ਨਾਲ ਇਹ ਗੱਲ ਕੀਤੀ ਕਿ ਇਹਨਾਂ ਦੇ ਮਾਂ ਬਾਪ ਫਾਦਰ ਸਭ ਸ਼ਰੀਫ ਹੈ, ਇੱਕ ਇਹਨਾਂ ਦਾ ਲੜਕਾ ਹੀ ਵਿਗੜਿਆ ਹੋਇਆ, ਕਿਉਂਕਿ ਅਸੀਂ ਉਹਨੂੰ ਮਤਲਬ ਕਹਿੰਦੇ ਸੀ ਕਿ ਤੂੰ ਘਰ ਟਿਕ ਜਾ, ਉਦੋਂ ਉਹ ਵਿਆਹੁਣ ਦੇ ਯੋਗ ਸੀ ਕਿਉਂਕਿ ਪੜ੍ਹਾਈ ਛੱਡ ਦਿੱਤੀ ਸੀ, ਅਸੀਂ ਕਹਿੰਦੇ ਸੀ ਤੇਰੀ ਸ਼ਾਦੀ ਕਰ ਦਈਏ ਚਲੋ ਆਪਦੇ ਕੰਮ ਕਾਰ 'ਤੇ ਲੱਗ ਜੂਗਾ, ਕਹਿੰਦਾ ਸੀ ਮੇਰੀ ਸ਼ਾਦੀ ਦੀ ਉਮਰ ਨਹੀਂ। ਸਾਡੇ ਕੋਲੋਂ ਉਹ ਪੈਸੇ ਲੈਂਦਾ ਸੀ ਕਿ ਮੈਨੂੰ ਅੱਜ ਇੰਨੇ ਪੈਸੇ ਚਾਹੀਦੇ ਹੀ ਚਾਹੀਦੇ ਆ, ਅਸੀਂ ਉਹਨੂੰ ਚਾਹੇ ਜਿੱਥੋਂ ਮਰਜ਼ੀ ਦੇਣੇ ਉਹਨੂੰ ਪੂਰੇ ਕਰਕੇ ਪੈਸੇ ਦੇਣੇ। ਉਹ ਘਰ ਦੇ ਹੀ ਕੱਪੜੇ ਪਾਉਂਦਾ ਸੀ, ਘਰ ਦਾ ਸਮਾਨ ਵਰਤਦਾ ਸੀ, ਸਾਨੂੰ ਤਾਂ ਉਦੋਂ ਐਂ ਲੱਗਦਾ ਸੀ ਕਿ ਇਹ ਬੱਚੇ ਵਿਹਲੇ ਘੁੰਮਦੇ ਫਿਰਦੇ ਰਹਿੰਦੇ ਆ। ਬੋਲਦਾ ਕੀ ਸੀ? ਗਲਤੀ ਹੋ ਗਈ ਬਾਈ, ਕੀ ਬੋਲਦਾ ਸੀ? ਕਿੱਥੇ ਤੇਰੇ ਨਾਲ ਦੇ ਗੁੰਡੇ? ਜਸਵਿੰਦਰ ਸਿੰਘ ਰੌਕੀ ਬੈਂਗਲੌਰ 'ਚ ਫੜਿਆ ਗਿਆ, ਕਿਡਨੈਪਿੰਗ ਅਤੇ ਫਿਰੌਤੀ ਦੇ ਕੇਸ 'ਚ ਕਈ ਸਾਲ ਅੰਦਰ ਰਿਹਾ। ਸਾਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦੇ ਕੀ ਕੰਮ ਕਾਰ ਹੈ, ਫਿਰ ਸਾਨੂੰ ਪਤਾ ਉਦੋਂ ਲੱਗਿਆ ਕਿ ਜਦੋਂ ਰੌਕੀ ਬੰਗਲੌਰ ਫਸੇ, ਸਾਨੂੰ ਪੇਪਰ ਦੀ ਖਬਰ ਤੋਂ ਪਤਾ ਲੱਗਿਆ। ਪੇਪਰ ਦੀ ਖਬਰ ਤੋਂ ਪਤਾ ਲੱਗਣ ਦੇ ਬਾਅਦ ਸਾਡੇ ਘਰ CBI ਦਾ ਰੇਡ ਹੋਇਆ। ਉਦੋਂ ਰੌਕੀ ਦੀ ਪਛਾਣ ਪੰਜਾਬ ਦੇ ਖਤਰਨਾਕ ਗੈਂਗਸਟਰ ਪ੍ਰਭਜਿੰਦਰ ਸਿੰਘ ਡਿੰਪੀ ਦੇ ਚੇਲੇ ਵਜੋਂ ਸੀ। 3 ਮਹੀਨਿਆਂ 'ਚ ਆਪਾਂ ਬਰੀ ਹੋ ਜਾਣਾ, ਉਹ ਕਿਵੇਂ ਬਈ? ਉਹ ਕਿਹੜਾ ਗਵਾਹੀ ਦਊ ਆਪਣੇ ਖਿਲਾਫ? ਬੈਂਗਲੌਰ 'ਚ ਰੌਕੀ ਤੇ ਡਿੰਪੀ ਦੋਵੇਂ ਫੜੇ ਗਏ ਸੀ। ਡਿੰਪੀ ਫਰੀਦਕੋਟ ਦੇ ਚੰਦ ਭਾਨ ਪਿੰਡ ਦਾ ਰਹਿਣ ਵਾਲਾ ਸੀ, ਉਹ ਵੀ ਘਰਦਿਆਂ ਦਾ ਇਕਲੌਤਾ ਮੁੰਡਾ ਸੀ। ਜ਼ਮੀਨ ਜਾਇਦਾਦ
ਵਾਧੂ ਹੋਣ ਦੇ ਬਾਵਜੂਦ ਮਾੜੀ ਸੰਗਤ 'ਚ ਰਲ ਕੇ ਗੈਂਗਸਟਰ ਬਣ ਗਿਆ। ਰੌਕੀ ਉਹਦਾ ਟੋਲੀਵਾਲ ਸੀ। ਵੀਰ ਉਹਨਾਂ ਦੀ ਗਿਣਤੀ ਜ਼ਿਆਦਾ, ਸਾਡੇ ਪੈਰ ਨਹੀਂ ਲੱਗਣ ਦੇਣੇ। ਗਿਣਤੀ ਦਾ ਕੀ ਹੈ, ਚਾਹੇ ਸਾਲੇ ਫੌਜ ਲੈ ਆਉਣ, ਤੂੰ ਤਿਆਰੀ ਕਰ, ਅਸੀਂ ਹੈਗੇ ਹਾਂ। ਯੂਪੀ ਅਤੇ ਬਿਹਾਰ ਦੇ ਨਾਮੀ ਗੁੰਡਿਆਂ ਨਾਲ ਡਿੰਪੀ ਦੀ ਯਾਰੀ ਸੀ। 2006 'ਚ ਡਿੰਪੀ ਦਾ ਕਤਲ ਹੋ ਗਿਆ। ਚੰਡੀਗੜ੍ਹ ਦੇ ਲੇਕ ਕਲੱਬ ਦੀ ਪਾਰਕਿੰਗ 'ਚ ਉਸਨੂੰ ਕਾਰ 'ਚ ਬੈਠੇ ਨੂੰ ਗੋਲੀਆਂ ਮਾਰੀਆਂ ਗਈਆਂ। ਡਿੰਪੀ ਦੇ ਕਤਲ 'ਚ ਚੰਡੀਗੜ੍ਹ ਪੁਲਿਸ ਨੇ ਰੌਕੀ ਨੂੰ ਗ੍ਰਿਫਤਾਰ ਕੀਤਾ। ਅੰਸਾਰੀ ਦੇ ਬਿਲਕੁਲ ਨੇੜੇ ਦੇ ਆਉਣ ਜਾਣ ਵਾਲੇ ਸੀ ਨਾ, ਕੋਈ ਆਗਰੇ ਵਗੈਰਾ ਤੋਂ ਆਉਂਦੇ ਹੁੰਦੇ ਸੀ, ਉਹ ਇੱਥੇ ਵੀ ਆਉਂਦੇ ਸੀ, ਰੌਕੀ ਨੂੰ ਮਿਲਦੇ ਸੀ ਕਈ, ਅਤੇ ਮਤਲਬ ਉਹ ਦੱਸਦੇ ਸੀ, ਰੌਕੀ ਉਹਨਾਂ ਕੋਲ ਵੀ ਕਹਿੰਦਾ ਸੀ ਕਿ ਮੇਰਾ ਬਾਈ ਡਿੰਪੀ ਨਾਲ ਕੋਈ ਦੁਸ਼ਮਣੀ ਨਹੀਂ ਸੀ। ਰੌਕੀ ਲੰਮਾ ਸਮਾਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ ਬੰਦ ਰਿਹਾ। ਇਸੀ ਜੇਲ੍ਹ 'ਚ ਰੌਕੀ ਦੀ ਮੁਲਾਕਾਤ ਗੁਰਸ਼ਹੀਦ ਸਿੰਘ ਉਰਫ ਸ਼ੇਰਾ ਖੋਬਣ ਅਤੇ ਜੈਪਾਲ ਭੁੱਲਰ ਨਾਲ ਹੋਈ। ਰੌਕੀ ਖੁਦ ਜੈਪਾਲ ਨਾਲ ਅਤੇ ਸ਼ੇਰੇ ਨਾਲ ਚੰਡੀਗੜ੍ਹ ਜੇਲ੍ਹ 'ਚ ਇੱਕ ਥਾਲੀ ਜੇ ਖਾਂਦੇ ਸੀ, ਆਪ ਇਹਨੇ ਨਾਲ ਲਾਏ ਸੀ। ਇਹੋ ਜਿਹੇ ਲੋਕ ਜਿਹੜੇ ਆ ਮੁੜ ਕੇ ਆਪਣੇ ਛੋਟੇ ਚੇਲਿਆਂ ਬਾਲਕਿਆਂ ਤੋਂ ਕੰਮ ਕਰਾਉਂਦੇ। ਉਹ ਦੋਵੇਂ ਫਿਰੋਜ਼ਪੁਰ ਦੇ ਰਹਿਣ ਵਾਲੇ ਸੀ ਅਤੇ ਰੌਕੀ ਉਹਨਾਂ ਦੇ ਗੁਆਂਢੀ ਜ਼ਿਲ੍ਹੇ ਫਾਜ਼ਿਲਕਾ ਦਾ। ਬਾਈ ਇੱਕ ਬੰਦਾ ਬਹੁਤ ਰੜਕਦਾ ਅੱਖਾਂ 'ਚ, ਕੱਢ ਦੇ ਰੜਕ ਫਿਰ ਬਾਈ, ਉਹ ਤਾਂ ਦੁਨੀਆਂ ਤੋਂ ਕੱਢਣਾ ਪਊ, ਐਂ ਨਹੀਂ ਸਰਨਾ। ਦੁਨੀਆਂ ਤੋਂ ਕੱਢ ਦੇ ਫਿਰ, ਦੇਖਦਾ ਕੀ ਆ। ਗੱਲ ਤਾਂ ਦੱਸ, ਹੋਇਆ ਕੀ ਆ। ਜੇਲ੍ਹ ਦੀ ਯਾਰੀ ਛੇਤੀ ਨਹੀਂ ਟੁੱਟਦੀ। ਰੌਕੀ ਨੂੰ ਡਿੰਪੀ ਮਰਡਰ ਕੇਸ 'ਚ ਕੋਰਟ ਨੇ ਬਰੀ ਕਰ ਦਿੱਤਾ। ਸ਼ੇਰਾ ਅਤੇ ਜੈਪਾਲ ਵੀ ਜ਼ਮਾਨਤ ਰਿਹਾ ਹੋ ਕੇ ਬਾਹਰ ਆ ਗਏ ਸਨ। ਤਿੰਨਾਂ ਨੇ ਮਾਲਵੇ 'ਚ ਨੌਜਵਾਨ ਮੁੰਡਿਆਂ ਦਾ ਵੱਡਾ ਗੈਂਗ ਖੜਾ ਕਰ ਲਿਆ। ਮੇਰੇ ਨਾਲ ਕਦੇ ਵੀ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਕਰਦਾ ਸੀ ਕਿ ਮੇਰੀ ਮਾਂ ਨੂੰ ਦੁੱਖ ਨਾ ਲੱਗੇ, ਜਾਂ ਕਦੇ ਮੈਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਉਹਦੀ ਕੋਈ ਦੁਸ਼ਮਣੀ ਹੋਊਗੀ, ਜਾਂ ਉਹਦੀ ਕਿਹਦੇ ਨਾਲ ਦੁਸ਼ਮਣੀ ਹੋਊਗੀ, ਜਾਂ ਕਿਉਂ ਕੌਣ ਉਹਦਾ ਦੁਸ਼ਮਣ ਹੈ, ਕੌਣ ਨਹੀਂ ਹੈ, ਇਹਦੇ ਬਾਰੇ ਮੈਂ ਕੁਛ ਕਹਿ ਨਹੀਂ ਸਕਦੀ। ਜੈਪਾਲ ਨੇ ਜਿਹੜਾ ਕਤਲ ਕੀਤਾ ਗਾ ਰੌਕੀ ਦਾ, ਉਹ ਸ਼ੇਰੇ ਖੁੱਬਣ ਦਾ ਬਦਲਾ ਲਿਆ ਗਾ। ਮੈਂ ਮੰਨਦਾ ਜੀ ਵੀ ਇਹਦਾ ਪਿਆਰ ਬਹੁਤ ਸੀ, ਇਹਦਾ ਮਤਲਬ ਕਿ ਦੋਵੇਂ ਆਉਂਦੇ ਹੁੰਦੇ ਸੀ ਵੀ ਸਾਡੇ ਜਿਸਮ ਦੋ ਨੇ, ਸਾਡੀ ਰੂਹ ਹੈ। ਐਸੀ ਨੀਚ ਹਰਕਤ ਤਾਂ ਤੂੰ ਹੀ ਕਰ ਸਕਦਾ ਹੈ। ਕਾਸ਼ ਮੈਨੇ 12 ਸਾਲ ਪਹਿਲੇ ਇਸ ਖੋਪੜੀ ਮੈਂ ਗੋਲੀ ਮਾਰ ਦੀ ਹੋਤੀ, ਤੂੰ ਮੇਰੇ ਭਾਈ ਕੋ ਮਾਰਨੇ ਕੀ ਸੁਪਾਰੀ ਦੀ। ਅਰੇ ਮੇਰੇ ਭਾਈ ਕੀ ਤਰਫ ਕੋਈ ਆਂਖ ਉਠਾ ਕਰ ਵੀ ਨਹੀਂ ਦੇਖ ਸਕਦਾ। ਸ਼ੇਰੇ ਦੇ ਮਾਪੇ ਖੁਦ ਮੰਨਦੇ ਨੇ ਕਿ ਜਦੋਂ ਉਹ ਪਿੰਡ ਆਉਂਦਾ ਸੀ ਤਾਂ ਗੱਡੀਆਂ ਤੇ ਹਥਿਆਰਾਂ ਦੀ ਘਾਟ ਨਹੀਂ ਹੁੰਦੀ ਸੀ। ਸ਼ੇਰੇ ਦੀ ਭੈਣ ਦੇ ਵਿਆਹ ਤੇ ਰੌਕੀ ਹਥਿਆਰਾਂ ਨਾਲ ਗੁੰਡਿਆਂ ਦੀ ਫੌਜ ਵੀ ਲੈ ਕੇ ਆਇਆ। ਬਾਈ ਇਹਦਾ ਲਾਇਸੈਂਸ ਕਿੱਥੇ ਹੈ? ਉਹ ਲਾਇਸੈਂਸ ਦੀ ਲੋੜ ਤਾਂ ਉਹਨਾਂ ਨੂੰ ਪੈਂਦੀ ਆ ਜਿਨ੍ਹਾਂ ਨੇ ਦੀਵਾਲੀ ਵੇਲੇ ਚਲਾਉਣਾ ਹੁੰਦਾ। ਭੈਣ ਦਾ ਵਿਆਹ ਰਿਹਾ ਬਾਈ, ਉੱਥੇ ਪਾਵਾਂਗੇ ਪੜਾਕੇ। ਰੌਕੀ ਮੇਰੀ ਬੇਟੀ ਦੀ ਸ਼ਾਦੀ 'ਤੇ ਵੀ ਆਇਆ ਜੀ, ਛੋਟੀ ਬੇਟੀ ਦੀ ਸ਼ਾਦੀ 'ਤੇ ਆਇਆ, ਬੜੇ ਲਾਮ ਲਸ਼ਕਰ ਨਾਲ ਆਪਦੇ ਹਥਿਆਰਾਂ ਬਥਾਰਾਂ ਨਾਲ ਬਹੁਤ। ਅਤੇ ਮੈਂ ਇਹਨੂੰ ਕਿਹਾ ਰੌਕੀ ਨੂੰ, ਮੈਂ ਕਿਹਾ ਪੁੱਤ ਵੀ ਆਪਾਂ ਇੱਥੇ ਕੋਈ ਕਬਜ਼ਾ ਤਾਂ ਨਹੀਂ ਲੈਣਾ, ਨਾ ਆਪਾਂ ਰਿਸ਼ਤੇਦਾਰ ਡਰਾਉਣੇ ਨੇ। ਮੈਨੂੰ ਆਹਦਾ ਨਹੀਂ ਬਾਈ, ਮੈਨੂੰ ਬਾਈ ਆਹਦਾ ਨਹੀਂ, ਮੈਨੂੰ ਆਹਦਾ ਬਾਈ ਇਹਨਾਂ ਨੂੰ ਨਹੀਂ ਡਰਾਉਣਾ ਸੀ, ਤਾਂ ਸਾਨੂੰ ਤਾਂ ਆਪਦਾ ਡਰ ਹੈ। ਸ਼ੇਰੇ, ਜੈਪਾਲ ਅਤੇ ਰੌਕੀ ਦੀ ਯਾਰੀ ਚੰਗੀ ਚੱਲ ਰਹੀ ਸੀ। ਪੰਜਾਬ ਦੇ ਗੈਂਗਸਟਰਾਂ ਦੀ ਮੰਡੀਰ 'ਚ ਉਹ ਆਪਣਾ ਸਿੱਕਾ ਚਲਾਉਣਾ ਚਾਹੁੰਦੇ ਸੀ, ਪਰ ਹੈਪੀ ਦਿਓੜਾ ਦੇ ਕਤਲ ਨੇ ਸਾਰੀ ਕਹਾਣੀ ਉਲਟ ਦਿੱਤੀ। ਸ਼ੇਰੇ ਨੇ ਫਿਰੋਜ਼ਪੁਰ 'ਚ ਜਿਮ ਚਲਾਉਣ ਵਾਲੇ ਹੈਪੀ ਦਿਓੜਾ ਨੂੰ ਗੋਲੀ ਮਾਰ ਦਿੱਤੀ। ਦਿਓੜਾ ਅਤੇ ਸ਼ੇਰਾ ਵੀ ਯਾਰ ਹੁੰਦੇ ਸੀ, ਉਸੇ ਦੇ ਜਿਮ 'ਚ ਸ਼ੇਰਾ ਅਤੇ ਜੈਪਾਲ ਵੀ ਵਰਜਿਸ਼ ਕਰਦੇ ਸਨ। ਦਿਓੜਾ ਰੌਕੀ ਦੇ ਵੀ ਨੇੜੇ ਸੀ। ਉਸਦੇ ਕਤਲ ਤੋਂ ਬਾਅਦ ਸ਼ੇਰਾ ਅਤੇ ਜੈਪਾਲ ਦੇ ਰਾਹ ਰੌਕੀ ਤੋਂ ਵੱਖਰੇ ਹੋ ਗਏ। ਤੇਰੇ ਨਾਲ ਸਾਡਾ ਕੋਈ ਰੌਲਾ ਨਹੀਂ, ਨਾਲੇ ਲੜਨ 'ਚ ਕੋਈ ਫਾਇਦਾ ਨਹੀਂ। ਉਹ ਇਲੈਕਸ਼ਨ ਲੜੋ ਫਿਰ, ਤੁਸੀਂ ਸਾਲਿਓ ਕਾਗਜ਼ ਪਾੜ ਦਿਓ, ਨਾ ਲੜ ਲਓ ਫਿਰ, ਤੂੰ ਚੁੱਪ ਕਰੋ। ਸ਼ੇਰਾ ਅਤੇ ਜੈਪਾਲ ਦੇ ਘਰ ਦੇ ਇਹ ਵੀ ਇਲਜ਼ਾਮ ਲਾਉਂਦੇ ਨੇ ਕਿ ਉਹਨਾਂ ਦੇ ਮੁੰਡਿਆਂ ਨੂੰ ਰੌਕੀ ਨਹੀਂ ਸੁਧਰਨ ਨਹੀਂ ਦਿੱਤਾ। ਰੌਕੀ ਨਹੀਂ ਚਾਹੁੰਦਾ ਸੀ ਕਿ ਉਹ ਦੋਵੇਂ ਜੁਰਮ ਦੀ ਦੁਨੀਆਂ ਨੂੰ ਛੱਡ ਕੇ ਚੈਨ ਨਾਲ ਘਰ ਬੈਠਣ। ਇਹ ਤੁਸੀਂ ਪੇੜ ਕਤਲ ਕਿਹਾ, ਇਹ ਪੇੜ ਕਤਲ ਕਿਹਨੇ ਕਰਵਾਇਆ ਸੀ? ਇਹ ਕਤਲ ਇਹਨਾਂ ਨੇ ਰੌਕੀ ਰਾਹੀਂ ਕਰਾਇਆ।  ਰੌਕੀ ਰਾਹੀਂ ਕਰਾਇਆ।
ਤੁਹਾਡੇ ਕੋਲ ਕੀ ਸਬੂਤ ਹੈ? ਅਸੀਂ ਸਬੂਤ ਮੈਂ ਲਾਈ ਹੋਈ ਹੈ ਜੀ, ਹਾਈ ਕੋਰਟ ਦੇ ਵਿੱਚ ਰਿਕੁਐਸਟ ਕੀਤੀ ਹੋਈ ਵੀ ਇਹਦੀ ਜਾਂਚ ਹੋਣੀ ਚਾਹੀਦੀ, ਤਾਂ ਮੈਂ ਉੱਥੇ ਸਬੂਤ ਪੇਸ਼ ਕਰਾਂਗਾ। ਹੈਪੀ ਦਿਓੜਾ ਦੇ ਮਰਡਰ ਤੋਂ ਬਾਅਦ ਸ਼ੇਰੇ ਦਾ ਐਨਕਾਊਂਟਰ ਹੋਇਆ, ਉਹਦੇ ਘਰ ਦੇ ਮੰਨਦੇ ਨੇ ਕਿ ਪੁਲਿਸ ਨੂੰ ਮੁਖਬਰੀ ਰੌਕੀ ਨੇ ਕੀਤੀ। ਰੱਬ ਜਾਣੇ ਇਹਨਾਂ ਦੀ ਬਾਅਦ ਦੇ ਵਿੱਚ ਕੀ ਵਿਗੜੀ ਜੀ, ਅਤੇ ਇਸ ਬੰਦੇ ਨੇ ਜੀ ਜੇਲ੍ਹਾਂ ਦੇ ਵਿੱਚ ਵੀ ਲੱਡੂ ਬਲੀਚੇ ਖੁਸ਼ੀਆਂ ਮਨਾਈਆਂ ਜਦੋਂ ਸ਼ੇਰਾ ਮਰਿਆ ਹੈ ਜੀ। ਸ਼ੇਰਾ ਕੂਬਾ ਜਦੋਂ ਤੁਸੀਂ ਨਾਂ ਲੈ ਰਹੇ ਹੋ, ਉਹ ਇੱਕ ਇਨਕਾਊਂਟਰ 'ਚ ਮਾਰਿਆ ਗਿਆ, ਪੁਲਿਸ ਇਨਕਾਊਂਟਰ 'ਚ ਮਾਰਿਆ ਗਿਆ, ਉਹਦੇ ਵਿੱਚ ਆਪਣਾ ਤਾਂ ਲਿੰਕ ਕੋਈ ਹੈ ਹੀ ਨਹੀਂ ਸਕਦਾ, ਬਈ ਰੌਕੀ ਦਾ ਤਾਂ ਉਹਦੇ 'ਚ ਕੋਈ ਲਿੰਕ ਆ ਹੀ ਨਹੀਂ ਸਕਦਾ ਜੀ। ਇਹ ਤਾਂ ਬਿਲਕੁਲ ਸ਼ਰੇਆਮ ਝੂਠਾ ਇਲਜ਼ਾਮ ਆ ਉਹਨਾਂ 'ਤੇ, ਜਦੋਂ ਪੁਲਿਸ ਇਨਕਾਊਂਟਰ 'ਚ ਮਾਰਿਆ ਗਿਆ ਕੋਈ ਬੰਦਾ, ਉਹ ਆਪਣਾ ਸਾਡੇ 'ਤੇ ਇਲਜ਼ਾਮ ਉਹ ਕਿਵੇਂ ਲਾ ਸਕਦੇ ਹੈਗੇ ਆ? ਜੋ ਚੀਜ਼ ਹੋਈ ਨਹੀਂ ਹੈਗੀ ਹੈ ਸਾਡੇ 'ਤੇ, ਕੋਈ ਕਿਹੜੇ ਲੱਡੂਈ ਕਾਹਦੇ ਵਾਸਤੇ ਵੰਡਾਂਗੇ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕੋਈ ਇਹੋ ਜਿਹੀ ਗੱਲ ਹੋਈ ਹੈ। ਉਹ ਤਾਂ 4 ਦਿਨ ਬਾਅਦ 5 ਦਿਨ ਬਾਅਦ ਉਹਨਾਂ ਨੇ ਕਿਸੇ 'ਤੇ ਖਬਰ ਕੋਈ ਪੜ੍ਹੀ, ਤਾਂ ਉਦੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਸ਼ੇਰਾ ਕੂਬਾ ਦਾ ਕੋਈ ਮਰਡਰ ਹੋਇਆ, ਅਤੇ ਉਹ ਪੁਲਿਸ ਨੇ ਇਨਕਾਊਂਟਰ ਕੀਤਾ ਹੈਗਾ। ਸਿੱਧੀ ਜੀ ਗੱਲ ਹੈ ਜੀ, ਪੁਲਿਸ ਇਨਕਾਊਂਟਰ 'ਚੋਂ ਮਾਰਿਆ ਗਿਆ ਹੈਗਾ। ਰੌਕੀ ਦੇ ਘਰ ਦੇ ਇਹਨਾਂ ਇਲਜ਼ਾਮਾਂ ਨੂੰ ਗਲਤ ਦੱਸਦੇ ਨੇ। ਉਹ ਕਹਿੰਦੇ ਨੇ 15-20 ਸਾਲ ਪਹਿਲਾਂ ਰੌਕੀ ਵਿਗੜ ਗਿਆ, ਉਹਨਾਂ ਦੀ ਹੀ ਨਹੀਂ ਸੁਣਦਾ ਸੀ। ਮਾਂ ਦੀ ਨਜ਼ਰ 'ਚ ਰੌਕੀ ਕੀ ਸੀ? ਰੌਕੀ ਛੋਟਾ ਹੁੰਦਾ ਸ਼ਰਾਰਤੀ ਸੀ, ਗਲਤ ਸੰਗਤ ਵਿੱਚ ਪੈ ਗਿਆ ਸੀ, ਪਰ ਹੁਣ ਉਹ 10 ਸਾਲ ਤੋਂ ਉਹ ਰੌਕੀ ਨਹੀਂ ਰਿਹਾ ਸੀ ਪਹਿਲਾਂ ਵਾਲਾ, ਕਿਉਂਕਿ ਮੈਂ ਵੀ ਉਹਦੇ ਨਾਲ ਬਹੁਤ ਨਾਰਾਜ਼ ਰਹਿੰਦੀ ਸੀ ਇਸ ਗੱਲ 'ਤੇ ਕਿ ਇਹ ਕੰਮ ਆਪਣੇ ਖਾਨਦਾਨ ਲਈ ਚੰਗਾ ਨਹੀਂ। ਵੀ ਆ ਲੋਕ ਪਤਾ ਨਹੀਂ ਤੈਨੂੰ ਕੀ ਕਹਿੰਦੇ ਨੇ। ਮੈਂ ਕਿਹੜਾ ਜ਼ਮੀਨਾਂ ਦੱਬਦਾ ਲੋਕਾਂ ਦੀਆਂ, ਬਸ ਆ ਧੱਕਾ ਜਿਹਾ ਨਹੀਂ ਦੇਖਿਆ ਜਾਂਦਾ ਮੇਰੇ ਕੋਲੋਂ ਕਿਸੇ ਨਾਲ। ਡਿੰਪੀ ਮਰਡਰ ਕੇਸ 'ਚ ਬਰੀ ਹੋਣ ਤੋਂ ਬਾਅਦ ਉਹ ਘਰ ਰਹਿੰਦਾ ਸੀ, ਫਾਜ਼ਿਲਕਾ ਦੇ ਲੋਕਾਂ ਦੇ ਕੰਮ ਕਰਾਉਂਦਾ ਸੀ, ਲੋਕ ਉਸਨੂੰ MLA ਬਣਾਉਣਾ ਚਾਹੁੰਦੇ ਸੀ। ਇੱਕ ਗੱਲ ਹੋਰ ਪੁੱਤਰਾ, ਮੈਂ ਤੈਨੂੰ ਮੰਤਰੀ ਬਣਿਆ ਦੇਖਣਾ ਚਾਹੁੰਦਾ। ਪੁਲਿਸ ਵਾਲਾ ਤਾਂ ਕੰਮ ਹੀ ਖਤਮ ਕਰ ਦੂੰਗਾ ਜੇ ਮੈਂ ਲੀਡਰ ਬਣ ਜਾਊਗਾ ਤਾਂ। ਉਹ ਘਰੇ ਇੱਥੇ ਸਾਰੇ ਫੈਸਲੇ ਕਰਦਾ ਸੀ, ਬਹੁਤ ਜ਼ਿਆਦਾ ਫੈਸਲੇ ਕਰਦਾ ਸੀ, ਹਰ ਫੈਸਲੇ ਕਰਦਾ ਸੀ ਉਹ ਇੱਥੇ। ਜ਼ਮੀਨਾਂ ਦੇ ਫੈਸਲੇ ਵੀ ਕਰਵਾਉਂਦਾ ਸੀ, ਲੋਕਾਂ ਦੇ ਧੀਆਂ ਭੈਣਾਂ ਵੀ ਬੜੀਆਂ ਉਹਨੇ ਆਪਦੇ ਘਰੇ ਵਸਾਈਆਂ। ਭੈਣੇ ਤੇਰਾ ਭਰਾ ਜਿਉਂਦਾ ਹੈ, ਮੈਂ ਹੈਗਾ ਹਾਲੇ। 30 ਅਪ੍ਰੈਲ 2016 ਰੌਕੀ ਹਿਮਾਚਲ ਪ੍ਰਦੇਸ਼ ਦੇ ਸੋਲਨ ਤੋਂ ਵਾਪਸ ਆ ਰਿਹਾ ਸੀ। ਪਰਵਾਣੂ ਦੇ ਕੋਲ ਸ਼ਿਮਲਾ ਹਾਈਵੇ 'ਤੇ ਉਸਦੀ ਫਾਰਚੂਨਰ ਕਾਰ 'ਤੇ ਅੰਨੇਵਾਹ ਗੋਲੀਆਂ ਵਰਾਈਆਂ ਗਈਆਂ। ਹਮਲਾਵਰਾਂ ਨੂੰ ਨਾ ਰੌਕੀ ਦੀ ਸੁਰੱਖਿਆ 'ਚ ਲੱਗੀ ਪੁਲਿਸ ਦਾ ਡਰ ਸੀ, ਨਾ ਹੀ ਫੜੇ ਜਾਣ ਦਾ। ਸੁਰੱਖਿਆ ਮੁਲਾਜ਼ਮ ਰੌਕੀ ਨੂੰ ਹਸਪਤਾਲ ਲੈ ਕੇ ਜਾਂਦੇ ਉਸ ਤੋਂ ਪਹਿਲਾਂ ਹੀ ਉਸ ਦੇ ਸਾਹ ਮੁੱਕ ਚੁੱਕੇ ਸੀ। ਦੁਸ਼ਮਣ ਨੇ ਤਾਂ ਦੁਸ਼ਮਣੀ ਕੀਤੀ, ਚਲੋ ਕਰਨੀ, ਉਹਨੂੰ ਲੱਗਦਾ ਹੋਣਾ ਕਿ ਮੇਰਾ ਦੁਸ਼ਮਣ ਹੈ, ਮੈਂ ਕਰਾਂ ਦੁਸ਼ਮਣੀ। ਪਰ ਜਿਹੜਾ ਵਿੱਚ ਕੋਈ ਸੱਜਣ ਸੀ ਜਿਹਨੇ ਇਹ ਕਾਂਡ ਕਰਵਾਇਆ, ਮੈਨੂੰ ਜ਼ਿਆਦਾ ਦੁੱਖ ਉਸ 'ਤੇ, ਮੈਨੂੰ ਇਨਸਾਫ ਮਿਲਣਾ ਚਾਹੀਦਾ। ਇੱਧਰ ਹਿਮਾਚਲ ਪੁਲਿਸ ਮੌਕਾ ਇਹ ਵਾਰਦਾਤ 'ਤੇ ਪੁੱਜੀ, ਅਤੇ ਉੱਧਰ ਗੈਂਗਸਟਰ ਜੈਪਾਲ ਦਾ ਫੇਸਬੁੱਕ ਸਟੇਟਸ ਅਪਡੇਟ ਹੋ ਕੇ ਵਾਇਰਲ ਹੋ ਗਿਆ। ਜੈਪਾਲ ਨੇ ਲਿਖਿਆ, ਕੱਲ੍ਹ ਤਾਰੀਖ 30 ਅਪ੍ਰੈਲ 2016 ਨੂੰ ਜਸਵਿੰਦਰ ਸਿੰਘ ਰੌਕੀ ਫਾਜ਼ਿਲਕਾ ਦਾ ਹਿਮਾਚਲ ਵਿੱਚ ਕਤਲ ਹੋ ਗਿਆ। ਉਹ ਕਤਲ ਮੈਂ ਹੀ ਕੀਤਾ, ਜੋ ਲੋਕ ਕਹਿੰਦੇ ਆ ਕਿ ਡਿੰਪੀ ਚੰਦਪਾਨ ਦੇ ਮੁੰਡੇ ਨੇ ਉਸਦਾ ਕਤਲ ਕੀਤਾ। ਉਸ ਤੋਂ ਆਪਣੇ ਮਰੇ ਬਾਪ ਦੀ ਗਵਾਹੀ ਤਾਂ ਦਿੱਤੀ ਨਹੀਂ ਗਈ, ਉਹ ਕਤਲ ਕੀ ਕਰੇਗਾ? ਜਿਹੜੇ ਕੱਲ੍ਹ ਦੇ ਮੁੰਡੇ ਕਤਲ ਦੀ ਜ਼ਿੰਮੇਵਾਰੀ ਚੁੱਕਦੇ ਫਿਰਦੇ ਆ, ਕੱਲ੍ਹ ਤੱਕ ਤਾਂ ਰੌਕੀ ਉਹਨਾਂ ਦਾ ਭਾਈ ਸੀ, ਅੱਜ ਅਸੀਂ ਸਾਰਿਆਂ ਦੇ ਭੁਲੇਖੇ ਕੱਢ ਦਿੱਤੇ ਆ। ਫਿਰ ਵੀ ਜੇ ਕਿਸੇ ਦੇ ਦਿਮਾਗ 'ਚ ਵਹਿਮ ਹੋਵੇ ਤਾਂ ਕੱਢ ਦਿਆਂਗੇ। ਅਭੀ ਤੋਂ ਖੇਲ ਸ਼ੁਰੂ ਹੋਇਆ ਹੈ, ਜਸਟ ਵੇਟ ਐਂਡ ਵਾਚ। ਨਾਲ ਹੀ ਨਾਭਾ ਜੇਲ੍ਹ 'ਚ ਬੰਦ ਗੈਂਗਸਟਰ ਵਿੱਕੀ ਗੌਂਡਰ ਨੇ ਵੀ ਆਪਣਾ ਫੇਸਬੁੱਕ ਸਟੇਟਸ ਅਪਡੇਟ ਕੀਤਾ। ਅੱਜ ਆਪਣੇ ਵੀਰ ਸ਼ੇਰੇ ਖੁੱਬਣ ਦਾ ਬਦਲਾ ਪੂਰਾ ਹੋ ਗਿਆ, ਆਹ ਬਣਾਤਾ MLA। ਨਾਲੇ ਇੱਕ ਗੱਲ ਹੋਰ, SSP ਬਠਿੰਡਾ ਸਵਪਨ ਸ਼ਰਮਾ CIA ਬਠਿੰਡਾ 'ਚ ਮੈਨੂੰ ਕਹਿੰਦਾ ਸੀ ਮਿੱਟੀ 'ਚ ਲੇਟ, ਪਰ ਮੈਂ ਰੌਕੀ ਦੇ ਯਾਰ ਸਵਪਨ ਸ਼ਰਮਾ ਨੂੰ ਕਿਹਾ ਸੀ ਕਿ ਮੈਂ ਦੱਸੂ ਜਦੋਂ ਰੌਕੀ ਨੂੰ ਮਿੱਟੀ 'ਚ ਲਟਾਇਆ, ਆਹ ਹੁੰਦਾ ਅਸਲੀ ਲਟਾਉਣਾ। SSP ਸਵਪਨ ਸ਼ਰਮਾ ਜੀ, ਜਿਵੇਂ ਡਿੰਪੀ ਦਾ ਕਤਲ ਹੋਇਆ ਸੀਗਾ ਉਹਦਾ ਬਦਲਾ ਵੀ ਲਿਆ ਹੋ ਸਕਦਾ, ਕੋਈ ਕਹਿ ਰਿਹਾ ਹੈਗਾ ਕਿ ਸ਼ੇਰੇ ਖੁੱਬਣ ਦੇ ਮਸਲੇ ਦੇ ਅੰਦਰ ਵੀ ਇਹ ਕਤਲ ਹੋਇਆ ਹੋ ਸਕਦਾ ਗਾ? ਨਹੀਂ, ਡਿੰਪੀ ਦਾ ਬਦਲਾ ਕਿਸਨੇ ਲੈਣਾ ਸੀ? ਜਿਹੜੇ ਡਿੰਪੀ ਦੇ ਨਾਲ ਮਤਲਬ ਬੰਦੇ, ਕੁਛ ਡਿੰਪੀ ਦੇ ਜਾਣਕਾਰ ਸੀ, ਪਹਿਲਾਂ ਥੋੜ੍ਹਾ ਸ਼ੱਕ ਪੁਲਿਸ ਨੂੰ ਪੈਂਦਾ ਸੀ, ਔਰ ਜਦੋਂ ਡਿੰਪੀ ਦੇ ਜਾਣਕਾਰ ਵਾਲੇ ਬੰਦੇ ਸੀ, ਜਿਹੜੇ ਬਿਲਕੁਲ ਅੰਸਾਰੀ ਦੇ ਬੰਦੇ ਜਾਣਕਾਰ ਵਾਲੇ ਸੀ, ਉਹਨਾਂ ਦੇ ਨਾਲ ਵੀ ਜਦੋਂ ਮਿਲਦਾ ਸੀ ਰੌਕੀ, ਔਰ ਉਹ ਵੀ ਪੂਰਾ ਭਰੋਸਾ ਦਿੰਦੇ ਸੀ
क्योंकि रॉकी उस दिन रॉकी मेरे को सुता पिया जिस दिन डिंपी ने जिस टाइम पर गोली लगती है रॉकी मेरे को बैठा सी। रॉकी एकदम सुन रहा फोन गोली लग गई, उन्होंने किसी का फोन आया तो मैं पूछा काका कि गोली लग गई, कहना मम्मी डिंपी ने गोली लग गई। रॉकी ने डिंपी न किमें मारे हो सकता कि रॉकी तो घर बैठा। मैं उन्होंने कहा भी डिंपी तेरा वड्डा भरा सी, उन्होंने कहता नहीं अंकल मैं डिंपी को नहीं मारिया। मैं मारे तो मरवाए च कन्ने तो सियारी का ही फर्क हों, नहीं अंकल तुम पुलिस वालियां कि करते हो। लोग आप भी कि सामने आ के किसी नहीं मारता, उन्हें बंदे ही इन्हें रखे थे मरवा देना। जयपाल ते गौंडर दोवें ही शेरे के करीबी सन। रॉकी लीडर बनना चाहता सी, इसका खतरा उसके विरोधियों भी सी। वीरे थोड़ा जहा ध्यान रखा कर। कहदा ध्यान, कला ना जाया कर यार, जयपाल ते गौंडर दा सोशल मीडिया ते दावा है शेरे दा बदला लैण लई रॉकी नूं मारिया गया। गैंग वॉर दा शब्द मैं समझदा वी गैंग वॉर दा शब्द इत्थे यूज हो ही नहीं सकदा, ठीक है जी। जदों पिछे जे ओह दावा कर रहे ने ना, सारे गैंगस्टर ही दावा कर रहे हैं। तां नहीं वो फिर मैं तुम दस्या ने जी वो जेलस है इस करके वो जी गल कह रहे हैं। ਸੁਖਬੀਰ ਬਾਦਲ ਦੇ ਦੋਸਤ ਸੀ ਰੋਕੀ ਇਹ ਕਿਹਾ ਜਾਂਦਾ, ਉਹਨਾਂ ਦੀਆਂ ਫੋਟੋਆਂ ਵੀ ਨੇ ਸੁਖਬੀਰ ਬਾਦਲ ਨਾਲ। ਹਾਂਜੀ, ਇਹਦੇ ਬਾਰੇ ਮੈਂ ਨਹੀਂ ਜਾਣਦਾ ਜੀ। ਦੇਖੋ ਜੋ ਚੀਜ਼ ਉਹਨਾਂ ਦੇ ਨਾਲ ਚਲੀ ਗਈ ਇਹ ਉਹੀ ਜਾਣਦੇ ਹੈ ਅਤੇ ਉਹਨਾਂ ਨੂੰ ਵੀ ਪਤਾ ਹੈ ਜੀ। ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ, ਨਾ ਮੈਨੂੰ ਇਹਦੇ ਬਾਰੇ ਪਤਾ ਹੈਗਾ ਜੀ। ਰੋਕੀ ਨੂੰ ਸਿਆਸੀ ਸ਼ੈ ਸੀ ਜਾਂ ਨਹੀਂ, ਪੁਲਿਸ ਅਫਸਰ ਉਸਦੇ ਸੁਣਦੇ ਸੀ ਜਾਂ ਨਹੀਂ, ਸੁਰੱਖਿਆ 'ਚ ਪੁਲਿਸ ਮੁਲਾਜ਼ਮ ਇਹਨਾਂ ਦੋਵੇਂ ਸਵਾਲਾਂ ਦਾ ਜਵਾਬ ਨੇ। ਗੈਂਗਸਟਰਾਂ ਦੀ ਦੋਸਤੀ ਅਤੇ ਦੁਸ਼ਮਣੀ 'ਚ ਫਰਕ ਸਿਰਫ ਗੋਲੀ ਅਤੇ ਮੁਖਬਰੀ ਦਾ ਹੁੰਦਾ ਹੈ, ਨਾ ਤਾਂ ਇਹਨਾਂ 'ਚ ਯਾਰੀ ਪੈਂਦਿਆਂ ਦੇਰ ਲੱਗਦੀ ਹੈ ਅਤੇ ਨਾ ਹੀ ਦੁਸ਼ਮਣੀ ਹੁੰਦਿਆਂ। ਡਿੰਪੀ ਜਾਂ ਰੌਕੀ ਹੋਣ ਜਾਂ ਫਿਰ ਸ਼ੇਰਾ ਅਤੇ ਰੌਕੀ, ਪੁਰਾਣੀ ਦੋਸਤੀ ਦੁਸ਼ਮਣੀ 'ਚ ਬਦਲੀ ਅਤੇ ਜਾਨ 'ਤੇ ਭਾਰੀ ਪਈ। ਪਾਣੀ ਸਿਰ ਦੇ ਉੱਤੋਂ ਦੀ ਲੰਘ ਗਿਆ, ਹੁਣ ਤਾਂ ਆਪਾਂ ਨੂੰ ਹੋਲੀ ਖੇਡਣੀ ਪਊਗੀ। ਇਹੀ ਵਿੱਕੀ ਗੌਂਡਰ ਅਤੇ ਸੁੱਖਾ ਕਾਲਮਾਂ 'ਚ ਹੋਇਆ। ਗੈਂਗ ਅਤੇ ਗੈਂਗਸਟਰਾਂ ਦਾ ਅੰਤ ਮੌਤ ਹੈ, ਫਿਰ ਵੀ ਨੌਜਵਾਨ ਇਸ ਰਾਹ 'ਤੇ ਕਿਉਂ ਤੁਰਦੇ ਨੇ? ਹੈਪੀ ਦਿਓੜਾ ਜਿਮ ਚਲਾਉਂਦਾ ਸੀ, ਸ਼ੇਰਾ ਉਸਦਾ ਜਿਮ ਫਰੈਂਡ ਸੀ, ਫਿਰ ਸ਼ੇਰੇ ਨੇ ਉਹਨੂੰ ਗੋਲੀ ਕਿਉਂ ਮਾਰੀ? ਕਿਉਂ ਦੋਹਾਂ ਦੀ ਦੋਸਤੀ ਗੈਂਗਵਾਰ 'ਚ ਬਦਲੀ?